ਜਾਰਜ ਬੀਸੀ ਦੇ ਵਿੱਚ RCMP ਸ਼ਾਰਟ ਟਰਮ ਕਿਰਾਏ ਦੇ ਆਪਰੇਟਰਾਂ ਨੂੰ ਗਿਰੋਹ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਦੇ ਲਈ ਚੇਤਾਵਨੀ ਦੇ ਰਿਹਾ ਹੈ ਮਾਉਂਟੀਜ਼ ਨੇ ਕਿਹਾ ਹੈ ਕਿ ਉਹਨਾਂ ਨੇ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਕਈ ਉਦਾਹਰਨਾਂ ਦਰਜ ਕੀਤੀਆਂ ਨੇ ਜਿਨ੍ਹਾਂ ਵਿੱਚ ਮੇਜ਼ਬਾਨਾਂ ਨੇ ਪਾਇਆ ਕਿ ਉਹਨਾਂ ਦੇ ਮਹਿਮਾਨ ਅਪਰਾਧ ਗਿਰੋਹ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨੇ RCMP ਨੇ ਕਿਹਾ ਹੈ ਕਿ ਮਕਾਨ ਮਾਲਕ ਲਈ ਇਸ ਕਿਸਮ ਦੇ ਗਾਹਕਾਂ ਨੂੰ ਜਾਇਦਾਦ ਤੋਂ ਬਾਹਰ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਉਹ ਪਹਿਲਾਂ ਹੀ ਘਰ ਦੇ ਵਿੱਚ ਹੁੰਦੇ ਨੇ ਤੇ ਜਾਂ ਤਾਂ ਉਹਨਾਂ ਦੇ ਇਕਰਾਰਨਾਮੇ ਦੀ ਮਿਤੀ ਤੋਂ ਅੱਗੇ ਹੋ ਰਹੇ ਨੇ ਜਾਂ ਕਿਰਾਏ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੇ ਪਾਏ ਜਾਂਦੇ ਨੇ ਉਸ ਸਮੇਂ ਪੁਲਿਸ ਦੀ ਸ਼ਮੂਲੀਅਤ ਦੇ ਵਿਲੋੜ ਹੁੰਦੀ ਹੈ ਇਸ ਬਸੰਤ ਦੇ ਵਿੱਚ ਪੀਸੀ ਬੀਸੀ ਦੇ ਨਵੇਂ ਜਿਹੜੇ ਸ਼ਾਰਟ ਰੈਂਟਲ ਸ਼ਾਰਟ ਟਰਮ ਰੈਂਟਲ ਦੇ ਕਿਰਾਏ ਦੇ ਨਿਯਮ ਲਾਗੂ ਹੋਣ ਦੇ ਨਾਲ ਇੱਕ ਮੇਜ਼ਬਾਨ ਦੇ ਪ੍ਰਮੁੱਖ ਨਿਵਾਸ ਤੱਕ ਕਿਰਾਏ ਨੂੰ ਸੀਮਿਤ ਕਰਦੇ ਨੇ ਪੁਲਿਸ ਦਾ ਕਹਿਣਾ ਹੈ ਕਿ ਜਨਤਾ ਨੂੰ ਬទਰੇ ਚੌਕਸ ਰਹਿਣਾ ਚਾਹੀਦਾ ਹੈ ਮੇਜ਼ਬਾਨਾਂ ਨੂੰ ਇਹ ਜਾਂਚ ਕਰਨ ਲਈ ਤਾਕੀਦ ਕੀਤੀ ਜਾ ਰਹੀ ਹੈ ਕਿ ਕਿਸੇ ਸੰਭਾਵੀ ਮਹਿਮਾਨ ਦਾ ਕਿਰਾਏ ਦੇ ਪਲੇਟਫਾਰਮ ਨਾਲ ਕੋਈ ਇਤਿਹਾਸ ਨਹੀਂ ਹੈ ਤੇ ਉਹ ਵਰਤ ਰਹੇ ਨੇ ਤੇ ਕੀ ਇਹ ਪਾਜ਼ੇ ਹੈ ਉਹਨਾਂ ਲੋਕਾਂ ਨੂੰ ਇੰਟਰਨੈਟ ਤੇ ਗੈਸਟ ਦੇ ਨਾਮ ਦੀ ਖੋਜ ਕਰਨ ਦੇ ਲਈ ਵੀ ਕਿਹਾ ਜਾ ਰਿਹਾ ਹੈ ਤੇ ਨਾਲ ਹੀ ਸੂਬੇ ਦੇ ਆਨਲਾਈਨ ਅਦਾਲਤੀ ਰਿਕਾਰਡਾਂ ਦੇ ਡਾਟਾਬੇਸ ਦੇ ਵਿੱਚ ਵੀ ਸ਼ਾਮਿਲ ਹੈ ਮੇਜ਼ਬਾਨਾਂ ਨੂੰ ਅੱਗੇ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭੁਗਤਾਨ ਦੇ ਤੌਰ ਤੇ ਵੱਡੀ ਰਕਮ ਨੂੰ ਸਵੀਕਾਰ ਨਾ ਕਰਨ ਤੇ ਉਹਨਾਂ ਲੋਕਾਂ ਤੋਂ ਸਾਵਧਾਨ ਰਹਿਣ ਜੋ ਮਹੀਨਿਆਂ ਦੇ ਕਿਰਾਏ ਦਾ ਪਹਿਲਾਂ ਤੋਂ ਭੁਗਤਾਨ ਕਰਨਾ ਚਾਹੁੰਦੇ ਨੇ ਅਲਬਰਟਾ ਸਰਕਾਰ ਦੇ ਵੱਲੋਂ ਆਪਣਾ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਇਲੈਕਟ੍ਰਿਕ ਕਾਰਾਂ ਤੇ ਟੈਕਸ ਲਗਾਉਣ ਦੀਆਂ ਯੋਜਨਾਵਾਂ ਵੀ ਸਰਕਾਰ ਦੇ ਲੈ ਕੇ ਆਈ ਹੈ ਅਲਬਰਟਾ ਸਰਕਾਰ ਇਲੈਕਟ੍ਰਿਕ ਕਾਰਾਂ ਤੇ ਸਾਲਾਨਾ 200 ਡਾਲਰ ਦਾ ਟੈਕਸ ਲਗਾਉਣ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਬਿਜਲੀ ਪੈਦਾ ਕਰਨ ਵਾਲੇ ਪ੍ਰੋਜੈਕਟਾਂ ਦੇ ਵਿੱਚ ਵੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ 2035 ਤੱਕ ਇਲੈਕਟ੍ਰਿਕ ਕਾਰਾਂ ਹੀ ਕੈਨੇਡਾ ਵਿੱਚ ਵਿਕਣ ਸੰਬੰਧੀ ਪਾਲਿਸੀ ਬਣਾਈ ਜਾ ਰਹੀ ਹੈ ਕਿਊਬਿਕ ਤੇ ਬ੍ਰਿਟਿਸ਼ ਕੋਲੰਪੀਆ ਦੀ ਸਰਕਾਰ ਵੱਲੋਂ ਇਲੈਕਟ੍ਰਿਕ ਕਾਰ ਖਰੀਦਣ ਤੇ ਰੀਬੇਟ ਵੀ ਦਿੱਤਾ ਜਾਂਦਾ ਹੈ ਪਰ ਅਲਬਰਟਾ ਦਾ ਅਰਥਚਾਰਾ ਤੇਲ ਅਧਾਰਤ ਹੈ ਜਿਸ ਕਾਰਨ ਉਹਨਾਂ ਵੱਲੋਂ ਲਗਾਤਾਰ ਇਨ੍ਹਾਂ ਨੀਤੀਆਂ ਦਾ ਵਿਰੋਧ ਕੀਤਾ ਜਾਂਦਾ ਹੈ ਪ੍ਰੋਵਿੰਸ ਵੱਲੋਂ ਆਪਣਾ ਬਜਟ ਪੇਸ਼ ਕੀਤਾ ਗਿਆ ਜਿਸ ਵਿੱਚ ਅਲਬਰਟਾ ਸਰਕਾਰ ਵੱਲੋਂ ਇਲੈਕਟ੍ਰਿਕ ਕਾਰਾਂ ਤੇ 200 ਡਾਲਰ ਸਾਲਾਨਾ ਟੈਕਸ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਜੋ ਕਿ 1 ਜਨਵਰੀ 2025 ਤੋਂ ਲਾਗੂ ਹੋਵੇਗਾ ਸਰਕਾਰ ਦਾ ਮੰਨਣਾ ਹੈ ਕਿ ਇ ਵੱਲੋਂ ਗੈਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਤੇ ਇਸ ਦੇ ਨਾਲ ਸਰਕਾਰ ਦੀ ਆਮਦਨ ਤੇ ਅਸਰ ਹੁੰਦਾ ਹੈ ਇਸ ਲਈ ਇਹ ਟੈਕਸ ਜ਼ਰੂਰੀ ਹੈ ਪ੍ਰੋਵਿੰਸ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਇਲੈਕਟ੍ਰਿਕ ਕਾਰਾਂ ਆਮ ਕਾਰਾਂ ਤੋ ਵਜਨ ਵਿੱਚ ਜ਼ਿਆਦਾ ਹੁੰਦੀਆਂ ਨੇ ਜਿਸ ਕਾਰਨ ਰੋਡ ਇਨਫਰਾਸਟ੍ਰਕਚਰ ਤੇ ਇਸ ਦਾ ਬੋਝ ਵੀ ਜ਼ਿਆਦਾ ਹੈ ਇਸ ਫੈਸਲੇ ਤੋਂ ਬਾਅਦ ਇਹ ਸ਼ੰਕੇ ਵੀ ਪੈਦਾ ਹੋ ਰਹੇ ਨੇ ਕਿ ਭਵਿੱਖ ਵਿੱਚ ਬਾਕੀ ਪ੍ਰੋਵਿੰਸ਼ੀਅਲ ਸਰਕਾਰਾਂ ਵੀ ਅਜਿਹੇ ਟੈਕਸ ਵੱਲ ਵਧਣਗੀਆਂ ਜਾਂ ਨਹੀਂ ਕਿਉਂਕਿ ਉਹਨਾਂ ਦੀ ਗੈਸ ਟੈਕਸ ਤੋਂ ਹੋਣ ਵਾਲੀ ਇਨਕਮ ਤੇ ਵੀ ਅਸਰ ਪਵੇਗਾ ਇਸ ਤੋਂ ਇਲਾਵਾ ਅਲਬਰਟ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਆਖਿਆ ਗਿਆ ਹੈ ਕਿ ਜੇਕਰ ਪ੍ਰੋਵਿੰਸ ਵਿੱਚ ਕਿਸੇ ਕੰਪਨੀ ਨੇ ਸੂਰਜੀ ਬਿਜਲੀ ਜਾਂ ਹਵਾ ਤੋਂ ਬਿਜਲੀ ਪੈਦਾ ਕਰਨ ਵਾਲਾ ਪ੍ਰੋਜੈਕਟ ਲਗਾਉਣਾ ਹੈ ਤਾਂ ਇਸ ਲਈ ਵੀ ਸਰਕਾਰ ਦੀ ਆਗਿਆ ਜ਼ਰੂਰੀ ਹੋਵੇਗੀ ਐਗਰੀਕਲਚਰ ਜ਼ਮੀਨ ਟੂਰਿਸਟ ਸਪੋਰਟ ਅਤੇ ਕੁਦਰਤੀ 뷰 ਵਾਲੀ ਥਾਂ ਤੇ ਜਿਹੇ ਪ੍ਰੋਜੈਕਟਾਂ ਤੇ ਮੁਕੰਮਲ ਰੂਪ ਵਿੱਚ ਮਨਾਹੀ ਹੋਵੇਗੀ ਬੇਸ਼ੱਕ ਪਿਛਲੇ ਸਮੇਂ ਦੌਰਾਨ ਲੱਗੇ ਅਜਿਹੇ ਪ੍ਰੋਜੈਕਟਾਂ ਵਿੱਚ 70% ਤੋਂ ਜ਼ਿਆਦਾ ਅਲਬਰਟਾ ਵਿੱਚ ਹੀ ਲੱਗੇ ਨੇ ਦੱਸ ਦਈਏ ਕਿ ਤੇਲ ਤੋਂ ਅਰਥਚਾਰਾ ਸਿਰਫ ਸ਼ਿਫਟ ਕਰਨ ਨੂੰ ਲੈ ਕੇ ਪਹਿਲਾਂ ਹੀ ਅਲਬਰਟਾ ਸਰਕਾਰ ਦਾ ਵਿਵਾਦ ਫੈਡਰਲ ਸਰਕਾਰ ਨਾਲ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਪ੍ਰੀਮੀਅਰ ਡੈਨੀਅਲ ਸਮਿਥ ਤੇ ਸਾਬਕਾ ਪ੍ਰੀਮੀਅਰ ਜੈਸਨ ਕੈਨੇਡੀ ਸਰਕਾਰ ਅਦਾਲਤ ਦਾ ਰੁਕ ਕਰ ਚੁੱਕੀ ਹੈ 2035 ਤੱਕ ਜ਼ੀਰੋ ਇਮਿਸ਼ਨ ਬਿਜਲੀ ਗ੍ਰਿਡ ਪਾਲਿਸੀ ਨੂੰ ਅਲਬਰਟਾ 2050 ਤੱਕ ਪੂਰਾ ਕਰਨ ਦੀ ਗੱਲ ਆਖ ਰਿਹਾ ਹੈ ਇਸ ਤੋਂ ਇਲਾਵਾ ਅਲਬਰਟਾ ਇਹ ਵੀ ਆਖ ਚੁੱਕਾ ਹੈ ਕਿ ਆਪਣੇ એનર્ਜੀ ਸੈਕਟਰ ਦਾ ਫੈਸਲਾ ਉਹ ਖੁਦ ਕਰਨਗੇ ਤੇ ਫੈਡਰਲ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੁਨੀਆ ਭਰ ਵਿੱਚ ਅਜਿਹਾ ਮਾਹੌਲ ਬਣਾਏ ਕਿ ਕੋਲੇ ਤੋਂ ਬਿਜਲੀ ਪੈਦਾ ਕਰਨ ਦੀ ਥਾਂ ਇਸ ਨੂੰ ਔਇਲ ਅਧਾਰਿਤ ਕੀਤਾ ਜਾਵੇ ਜਿਸ ਨਾਲ ਘੱਟ ਪ੍ਰਦੂਸ਼ਣ ਹੋਵੇਗਾ। ਫਿਲਹਾਲ ਬੇਸ਼ੱਕ ਕੈਨੇਡਾ ਦੀਆਂ ਲਗਭਗ ਸਾਰੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਦਾ ਬਜਟ ਘਾਟੇ ਵਿੱਚ ਹੈ ਪਰ ਅਲਬਰਟਾ ਸਰਕਾਰ ਵੱਲੋਂ 367 ਮਿਲੀਅਨ ਸਰਪਲਸ ਬਜਟ ਪੇਸ਼ ਕੀਤਾ ਗਿਆ ਹੈ ਤੇ ਸਰਕਾਰ ਵੱਲੋਂ 2024 ਵਿੱਚ 1 ਬਿਲੀਅਨ ਤੋਂ ਜ਼ਿਆਦਾ ਸਰਪਲਸ ਦਾ ਟੀਚਾ ਰੱਖਿਆ ਗਿਆ ਹੈ ਜਿਸ ਦਾ ਮੁੱਖ ਆਧਾਰ ਗੈਸ ਇੰਡਸਟਰੀ ਹੈ। ਜਿਸ ਤੋਂ ਸਾਫ਼ ਹੈ ਕਿ ਅਲਬਰਟਾ ਵੱਲੋਂ ਆਪਣੀ ਗਰਾਊਂਡ ਹਕੀਕਤ ਦੇ ਆਧਾਰ ਤੇ ਫੈਸਲਾ ਲਿਆ ਗਿਆ ਪਰ ਫੈਡਰਲ ਸਰਕਾਰ ਵੱਲੋਂ ਇਲੈਕਟ੍ਰਿਕ ਕਾਰ ਮਾਲਕਾਂ ਤੇ ਲਗਾਏ ਟੈਕਸ ਤੋਂ ਬਾਅਦ ਕੀ ਬਿਆਨਬ ਆਉਂਦੀ ਹੈ ਇਸ ਤੇ ਸਭ ਦੀ ਨਜ਼ਰ ਜ਼ਰੂਰ ਰਹੇਗੀ ਕਿਉਂਕਿ ਫੈਡਰਲ ਸਰਕਾਰ ਚਾਹੁੰਦੀ ਹੈ ਕਿ প্রভিনਸ਼ਲ ਸਰਕਾਰਾਂ ਰੀਬੇਟ ਦੇ ਕੇ ਮਾਹੌਲ ਤਿਆਰ ਕਰਨ ਪਰ ਅਲਬਰਟਾ ਸਰਕਾਰ ਨੇ ਇਹ ਟੈਕਸ ਹਾਈਡਰੋਕਾਰਾਂ ਤੇ ਲਾਗੂ ਨਹੀਂ ਕੀਤਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ